ਅਲਬਰਟਾ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਸੇਵਾਵਾਂ ਨਿਭਾਰੇ ਸਰਦਾਰ ਮਨਮੀਤ ਸਿੰਘ ਭੁੱਲਰ ਜੋ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸੁਧਾਰ ਤੋਂ ਉਹਨਾਂ ਦੇ ਮਾਤਾ ਪਿਤਾ ਲੰਮਾ ਸਮਾਂ ਪਹਿਲਾਂ ਇੱਥੇ ਚੱਲ ਕੇ ਕੈਨੇਡਾ ਆਏ ਇੱਥੋਂ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਸਿਆਸਤ ਦੇ ਵਿੱਚ ਆ ਕੇ ਕੈਬਨਿਟ ਮੰਤਰੀ ਵਜੋਂ ਅਲਬਰਟਾ ਦੇ ਵਿੱਚ ਸੇਵਾਵਾਂ ਨਿਭਾਰੇ ਨੇ ਜੋ ਅੱਜ ਕੱਲ੍ਹ ਇਹਨਾਂ ਦੇ ਕੋਲ ਪੋਰਟਫੋਲੀਓ ਹਿਊਮਨ ਸਰਵਿਸ ਦਾ ਪੁਲਿਸ ਸਾਹਿਬ ਜੋ ਤੁਸੀਂ ਇਹ ਮਹਿਕਮੇ ਦੇ ਵਿੱਚ ਹਿਊਮਨ ਸਰਵਿਸ ਡਿਪਾਰਟਮੈਂਟ ਦੇ ਮਿਨਿਸਟਰ ਹੋ ਇਹਦੇ ਵਿੱਚ ਕੀ ਸੇਵਾਵਾਂ ਆਉਂਦੀਆਂ ਅਲਬਰਟਾ ਵਾਸੀਆਂ ਵਾਸਤੇ ਤੁਸੀਂ ਇਹਦੇ ਵਿੱਚ ਕੀ ਕਰਦੇ ਹੋ ਇਹਦੇ ਵਿੱਚ ਐਕਚੁਅਲੀ ਕੁਛ ਆਪਣੇ ਸੁਸਾਇਟੀ ਦੇ ਵਿੱਚ ਜਿਹੜੇ ਸਭ ਤੋਂ ਡਿਫੀਕਲਟ ਸਾਡੇ ਸਭ ਤੋਂ ਔਖੇ ਸੋਸ਼ਲ ਇਸ਼ੂਜ਼ ਆ ਉਹ ਇਸ ਡਿਪਾਰਟਮੈਂਟ ਵਿੱਚ ਆਉਂਦੇ ਆ ਸੋ ਤੁਸੀਂ ਹੋਮਲੈਸਨੈਸ ਦੇਖ ਲਓ ਜਿਹੜੇ ਲੋਕਾਂ ਕੋਲ ਇਨਸਾਨਾਂ ਕੋਲ ਕੋਈ ਘਰ ਹੈ ਨਹੀਂ ਜਗ੍ਹਾ ਹੈ ਨਹੀਂ ਰਹਿਣ ਲਈ ਡੋਮੈਸਟਿਕ ਵਾਇਲੈਂਸ ਜਿਹੜੇ ਘਰਾਂ ਦੇ ਵਿੱਚ ਕੁੱਟਮਾਰ ਹੁੰਦੀ ਆ ਅਤੇ ਕਈ ਘਰਾਂ ਦੇ ਵਿੱਚ ਜਿੱਥੇ ਬੱਚਿਆਂ ਦੀ ਅਬਿਊਸ ਹੁੰਦੀ ਬੱਚਿਆਂ ਨੂੰ ਅਬਿਊਜ਼ ਕਰਦੇ ਆ ਫਿਜ਼ੀਕਲ ਤਰੀਕੇ ਜਾਂ ਹੋਰ ਤਰੀਕਿਆਂ ਨਾਲ ਉਹ ਫਿਰ ਬੱਚੇ ਸਰਕਾਰ ਦੀ ਕੇਅਰ 'ਚ ਆ ਜਾਂਦੇ ਆ ਸਾਡੀ ਕੇਅਰ 'ਚ ਅਤੇ ਕੁਛ 11,000 ਬੱਚਿਆਂ ਨੂੰ ਅਸੀਂ ਡੇਲੀ ਕਹਿ ਲਓ ਐਟ ਐਨੀ ਟਾਈਮ ਅਸੀਂ ਉਹਨਾਂ ਨੂੰ ਸਰਵਿਸ ਦਿੰਦੇ ਹਾਂ 8,000 ਤਾਂ ਸਾਡੀ ਖੁਦ ਗਵਰਨਮੈਂਟ ਦੀ ਕਾਨੂੰਨੀ ਕੇਅਰ ਵਿੱਚ ਆ ਅਤੇ 3,000 ਨੂੰ ਆਪਣੇ ਘਰਾਂ ਦੇ ਵਿੱਚ ਉਹ ਆਪਣੇ ਆਪਣੇ ਪੇਰੈਂਟਸ ਦੇ ਨਾਲ ਰਹਿ ਕੇ ਉਹਨਾਂ ਨੂੰ ਸੇਵਾ ਦਿੰਦੇ ਹਾਂ ਜਿਹੜੇ ਡਿਸੇਬਿਲਿਟੀ ਸਰਵਿਸਿਜ਼ ਆ ਜਿਹੜੇ ਆਪਣੇ ਡਿਸੇਬਲ ਸਿਟੀਜ਼ਨਸ ਆ ਉਹਨਾਂ ਦੀ ਸਰਵਿਸਿਸ ਸਵੀਅਰਲੀ ਹੈਂਡੀਕੈਪਟ ਪ੍ਰੋਗਰਾਮ ਆ ਇੱਕ ਸਾਡਾ ਉਹ ਸਰਵਿਸ ਆ ਹੋਰ ਸਾਡੇ ਜਿਹੜੇ ਇੰਪਲੋਇਮੈਂਟ ਸਰਵਿਸਿਸ ਆ ਜਿਹੜੇ ਰੈਜ਼ੀਡੈਂਟਸ ਕੋਲ ਕੋਈ ਫੰਡਿੰਗ ਹੈ ਨਹੀਂ ਉਹਨਾਂ ਦੀ ਜੋਬ ਚਲੀ ਗਈ ਆ ਉਹਨਾਂ ਨੂੰ ਅਵਿਕਟ ਘਰ 'ਚੋਂ ਲੈਂਡਲੋਰਡ ਕੱਢਣ ਲੱਗੇ ਆ ਉਹ ਸਾਰੇ ਸੋਸ਼ਲ ਸਪੋਰਟ ਸਰਵਿਸਿਸ ਸਾਡੇ ਮਹਿਕਮੇ 'ਚ ਆ ਇਸ ਮਹਿਕਮੇ ਵਿੱਚ ਕੁਛ ਅੱਗੇ 4 ਡਿਪਾਰਟਮੈਂਟ ਸੀ ਵੱਖਰੀਆਂ ਵੱਖਰੀਆਂ ਅਤੇ ਉਹ 4 ਡਿਪਾਰਟਮੈਂਟਸ ਨੂੰ ਹੁਣ ਇੱਕ ਜਗ੍ਹਾ ਇਕੱਠਿਆ ਕੀਤਾ ਗਿਆ ਅਤੇ ਮੈਂ ਸਿਰਫ ਦੂਜਾ ਮਿਨਿਸਟਰ ਹਾਂ ਅਲਬਰਟਾ ਦੀ ਹਿਸਟਰੀ ਦੇ ਵਿੱਚ ਜਿਹਨੂੰ ਆਹ ਮਹਿਕਮਾ ਮਿਲਿਆ ਵਾ ਪੁਲਿਸ ਸਾਹਿਬ ਜੋ ਹੁਣ ਤੁਹਾਡੀ ਸਰਕਾਰ ਵੱਲੋਂ ਜੋ ਮਾਨਸਿਕ ਤੌਰ 'ਤੇ ਘੱਟ ਸਮਝ ਰੱਖਦੇ ਨੇ ਲੋਕਾਂ ਵਾਸਤੇ $5 ਮਿਲੀਅਨ ਦੀ ਗ੍ਰਾਂਟ ਦਿੱਤੀ ਗਈ ਆ ਉਹ ਗ੍ਰਾਂਟ ਕਿੰਨਾ ਕਿੰਨਾ ਲੋਕਾਂ ਨੂੰ ਸਹੂਲਤ ਦੇਵੇਗੀ ਇਹਦੇ ਵਿੱਚ ਕੀ ਕੀਤਾ ਜਾਏਗਾ ਸਰਕਾਰ ਇਸ ਵੇਲੇ ਜਦੋਂ ਕੁਛ ਬੱਚਿਆਂ ਨੂੰ ਸਰਕਾਰ ਦੀ ਕੇਅਰ ਦੇ ਵਿੱਚ ਲੈ ਕੇ ਆਉਂਦੇ ਆ ਸੋ ਕਹਿ ਲਓ ਵੀ ਜੇ ਕਿਸੇ ਘਰ ਦੇ ਵਿੱਚ ਬੱਚਿਆਂ ਨੂੰ ਅਬਿਊਜ਼ ਕੀਤਾ ਗਿਆ ਉਹ ਬੱਚਿਆਂ ਨੂੰ ਜਦੋਂ ਮੁੜ ਕੇ ਅਸੀਂ ਆਪਣੀ ਕੇਅਰ ਦੇ ਵਿੱਚ ਲੈ ਕੇ ਆਉਂਦੇ ਹਾਂ ਸੋ ਗਵਰਨਮੈਂਟ ਉਹਨਾਂ ਨੂੰ ਹਾਊਸ ਕਰਦੀ ਆ ਉਸ ਬੱਚਿਆਂ ਨੂੰ ਅਸੀਂ ਹੁਣ ਉਹਨਾਂ ਦੀ ਮੈਂਟਲ ਹੈਲਥ ਲਈ ਉਹਨਾਂ ਦੀ ਹੈਲਥ ਲਈ ਅਸੀਂ ਕਈ ਕੁਛ ਕਰਨ ਲੱਗੇ ਹਾਂ ਉਹਨਾਂ ਦੀ ਅੱਗੇ ਤਾਂ ਮੈਂਟਲ ਹੈਲਥ ਲਈ ਜਿਹੜੇ ਸਰਵਿਸਿਜ਼ ਆ ਉਹ ਅਲਬਰਟਾ ਹੈਲਥ ਸਰਵਿਸਿਜ਼ ਥਰੂ ਮਿਲਦੇ ਸੀ ਬਟ ਹੁਣ ਇਹਨਾਂ ਦੀ ਮੈਂ ਸੋਚਿਆ ਵੀ ਯਾਰ ਜੇ 5 ਸਾਲਾਂ ਦਾ ਬੱਚਾ ਵਾ ਜੇ ਉਹਨੂੰ ਕੋਈ ਸੱਟ ਲੱਗੀ ਆ ਇਮੋਸ਼ਨਲ ਜਾਂ ਆਪਣੇ ਮਨ 'ਤੇ ਦਿਲ 'ਤੇ ਜਾਂ ਯੂਨੋ ਮੈਂਟਲ ਹੈਲਥ ਰਿਲੇਟਡ ਕੋਈ ਸੱਟ ਲੱਗੀ ਆ ਅਤੇ ਉਹਦੀ ਵੀ ਅਸੈਸਮੈਂਟ ਰਾਈਟ ਅਵੇ ਕਰਨੀ ਚਾਹੀਦੀ ਆ ਸੋ ਹੁਣ ਜਿਹੜੇ ਬੱਚੇ ਸਾਡੀ ਕੇਅਰ 'ਚ ਆਉਂਦੇ ਆ ਉਹਨਾਂ ਦੀ ਅਸੈਸਮੈਂਟ ਰਾਈਟ ਅਵੇ ਹੋਊਗੀ ਅਤੇ ਜੇ ਉਹਨਾਂ ਨੂੰ ਟ੍ਰੀਟਮੈਂਟ ਦੀ ਲੋੜ ਆ ਰਾਈਟ ਅਵੇ ਮਿਲੂਗੀ ਕੋਈ ਵੇਟ ਕਰਨ ਦੀ ਲੋੜ ਨਹੀਂ ਜਿਹੜੇ ਬੱਚਿਆਂ ਨੂੰ ਕਈ ਵਾਰੀ ਹੋਸਪਿਟਲ ਲੈ ਜਾਂਦੇ ਆ ਮੈਂਟਲ ਹੈਲਥ ਸਪੋਰਟ ਲਈ ਉਹ ਕਈ ਵਾਰੀ ਬੱਚਿਆਂ ਨੂੰ ਰਿਲੀਜ਼ ਕਰਨਾ ਚਾਹੁੰਦੇ ਆ ਬਟ ਕੋਈ ਜਗ੍ਹਾ ਹੈ ਨਹੀਂ ਉਹਨਾਂ ਲਈ ਜਾਣ ਲਈ ਉਹ ਘਰ ਦੇ ਵਿੱਚ ਰਹਿਣ ਲਈ ਇੰਡੀਪੈਂਡੈਂਟ ਰਹਿ ਕੇ ਉਹ ਸਕਸੈਸਫੁਲ ਨਹੀਂ ਹੋ ਸਕਦੇ ਸੋ ਉਹਨਾਂ ਲਈ ਕੋਈ ਜਗ੍ਹਾ ਹੈ ਨਹੀਂ ਜਾਣ ਲਈ ਸੋ ਅਸੀਂ ਉਹਨਾਂ ਲਈ ਹੁਣ 3 ਪ੍ਰੋਜੈਕਟ ਸ਼ੁਰੂ ਕਰਨ ਲੱਗੇ ਹਾਂ ਕੈਲਗਰੀ ਦੇ ਵਿੱਚ ਐਡਮਿੰਟਨ 'ਚ ਅਤੇ ਰੈਡੀਅਰ ਵਿੱਚ ਜਿਹਦੇ ਵਿੱਚ ਉਹ ਬੱਚੇ 24 ਆਵਰਸ ਉੱਥੇ ਰਹਿ ਸਕਣ ਜਾਂ ਡੇ ਪ੍ਰੋਗਰਾਮ ਦੇ ਵਿੱਚ ਉੱਥੇ ਰਹਿ ਸਕਣ ਅਤੇ ਜਿਹੜੀ ਉਹਨਾਂ ਨੂੰ ਸਪੋਰਟ ਦੀ ਲੋੜ ਆ ਉੱਥੇ ਉਹਨਾਂ ਨੂੰ ਮਿਲੂਗੀ ਇਹ ਸੇਵਾ ਲਭਾਉਣ ਦੇ ਵਿੱਚ ਸਾਡੇ ਜਿਹੜੇ ਵਰਕਰਸ ਆ ਉਹਨਾਂ ਨੂੰ ਡੇਲੀ ਤੌਰ 'ਤੇ ਬਹੁਤ ਹੀ ਇਮੋਸ਼ਨਲ ਡਿਫੀਕਲਟ ਸਬਜੈਕਟਸ ਦੇਖਣੇ ਪੈਂਦੇ ਆ ਅਤੇ ਮੈਨੂੰ ਵੀ ਇਹ ਰਿਪੋਰਟਾਂ ਆਉਂਦੀਆਂ ਐਂਡ ਸੋ ਇਹਦੇ ਵਿੱਚ ਸਭ ਤੋਂ ਔਖਾ ਕੰਮ ਇਹ ਹੀ ਆ ਵੀ ਸੁਸਾਇਟੀ ਦੇ ਜਿਹੜੇ ਵੀ ਡਿਫੀਕਲਟ ਇਸ਼ੂਜ਼ ਆ ਉਹ ਸਾਡੇ ਸਿਰ ਆ ਬਟ ਇਹਦੇ ਵਿੱਚ ਇੱਕ ਮੌਕਾ ਵੀ ਆ ਸੇਵਾ ਕਰਨ ਦਾ ਹੱਥ ਜੋੜ ਕੇ ਸੇਵਾ ਕਰਨ ਦਾ ਵੀ ਜਿਹੜੇ ਸਭ ਤੋਂ ਵੋਨਰੇਬਲ ਲੋਕ ਆ ਬੱਚੇ ਆ ਉਹਨਾਂ ਦੀ ਹੁਣ ਅਸੀਂ ਸੇਵਾ ਕਰ ਸਕੀਏ ਐਂਡ ਕੋਈ ਹੱਲਾਸ਼ੇਰੀ ਦੀ ਲੋੜ ਨਹੀਂ ਯੂਨੋ ਆਮ ਪੋਲੀਟੀਕਲ ਪੋਰਟਫੋਲੀਓਜ਼ ਦੇ ਵਿੱਚ ਯੂਨੋ ਤੁਹਾਨੂੰ ਕਈ ਮੌਕੇ ਮਿਲਦੇ ਆ ਜਿਹਦੇ ਵਿੱਚ ਤੁਹਾਨੂੰ ਬਾਹਲੀ ਪੋਜ਼ਿਟਿਵ ਨਿਊਜ਼ ਮਿਲਦੀ ਆ ਇਹਦੇ ਵਿੱਚ ਤੁਹਾਨੂੰ ਸਭ ਤੋਂ ਡਿਫੀਕਲਟ ਇਸ਼ੂਜ਼ ਦੇਖਣੇ ਪੈਂਦੇ ਆ ਬਟ ਇਹ ਵੀ ਇੱਕ ਅਸਲੀ ਸੇਵਾ ਵਾ ਸੋ ਮੈਂ ਤਾਂ ਆਪਣੇ ਵੱਲੋਂ ਯੂਨੋ ਆਪਣੇ ਵੱਲੋਂ ਅਰਦਾਸ ਕਰਦਾ ਵੀ ਇਸ ਮਹਿਕਮੇ ਦੇ ਵਿੱਚ ਅਸੀਂ ਕੁਛ ਵਧੀਆ ਸੇਵਾ ਕਰ ਸਕੀਏ ਸੋ ਦੈਟ ਜਿੱਦਾਂ ਹੁਣ ਆਹ ਡਿਸੀਜਨ ਲਿਆ ਬੱਚਿਆਂ ਦੀ ਮੈਂਟਲ ਹੈਲਥ ਸਪੋਰਟ ਲਈ ਇੱਦਾਂ ਦੇ ਹੋਰ ਅਸੀਂ ਉਪਰਾਲੇ ਕਰਦੇ ਰਹੀਏ
ਜਿਸ ਤਰ੍ਹਾਂ ਬਾਕੀ ਵੱਖ ਵੱਖ ਮਹਿਕਮਿਆਂ ਦੇ ਵਿੱਚ ਬਹੁਤ ਸ਼ਲਾਘਾਯੋਗ ਕੰਮ ਸੇਵਾਵਾਂ ਕਰਨ ਤੋਂ ਬਾਅਦ ਸਰਦਾਰ ਮਨਮੀਤ ਸਿੰਘ ਭੁੱਲਰ ਇਸ ਹਿਊਮਨ ਡਿਪਾਰਟਮੈਂਟ ਦੇ ਵਿੱਚ ਆ ਕੇ ਲੋਕਾਂ ਦੀ ਸੇਵਾ ਕਰਨ ਦਾ ਬੀੜਾ ਚੁੱਕਿਆ ਅਤੇ ਸਰਕਾਰ ਦੇ ਕੰਮਾਂ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਤੱਤਪਰ ਨੇ। ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਰਦਾਰ ਮਨਮੀਤ ਸਿੰਘ ਭੁੱਲਰ ਇਸੇ ਤਰ੍ਹਾਂ ਹੀ ਸਮਾਜ ਦੀ ਅਤੇ ਸਰਕਾਰ ਦੀ ਸੇਵਾ ਕਰਦੇ ਰਹਿਣਗੇ। ਗੁਰਪ੍ਰਿੰਦਰ ਸਿੰਘ ਮਾੜੀ ਮੇਗਾ, PTC ਨਿਊਜ਼, ਐਡਮਿੰਟਨ, ਕੈਨੇਡਾ।